ਬਠਿੰਡਾ ਸੀਆਈਏ ਪੁਲਿਸ ਨੇ ਨਾਥਨਾ ਇਲਾਕੇ ਦੇ ਵਿੱਚ ਨਾਕੇਬੰਦੀ ਦੇ ਦੌਰਾਨ ਰਾਜਸਥਾਨ ਨੰਬਰ ਦੇ ਕੈਂਟਰ ਤੋਂ 272 ਸ਼ਰਾਬ ਦੀਆਂ ਪੇਟੀਆਂ ਕੁੱਲ ਮਿਲਾ ਕੇ 3600 ਬੋਤਲਾਂ ਬਰਾਮਦ ਕੀਤੀਆਂ ਨੇ। ਦਰਅਸਲ ਕੈਂਟਰ ਦਾ ਚਾਲਕ ਹਨੇਰੇ ਦਾ ਫਾਇਦਾ ਚੁੱਕ ਕੇ ਪੁਲਿਸ ਦਾ ਨਾਕਾ ਦੇਖ ਕੇ ਉੱਥੋਂ ਭੱਜ ਨਿਕਲਿਆ। ਪੁਲਿਸ ਦੇ ਵੱਲੋਂ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਮਾੜੀ ਪੁਲ ਨਹਿਰ ਮਾੜੀ ਥਾਣੇ ਨਥਾਣੇ ਦੇ ਵਿੱਚ ਪੈਂਦਾ। ਮੇਰੀ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਸੀ ਉੱਥੇ ਨਾਕਾ ਲਗਾਇਆ ਹੋਇਆ ਸੀਗਾ। ਅਸੀਂ ਉੱਥੋਂ ਇੱਕ ਕੈਂਟਰ ਜਿਹੜਾ ਸੀ RJ14 GA0683 ਆਇਆ, ਜਿਹੜਾ ਪੁਲਿਸ ਪਾਰਟੀ ਦਾ ਨਾਕਾ ਲੱਗਿਆ ਹੋਣ ਕਰਕੇ ਉਹਦਾ ਗੱਡੀ ਦੇ ਜਿਹੜੇ ਵਿੱਚ ਬੰਦੇ ਸੀ ਡਰਾਈਵਰ ਅਤੇ ਜਾਂ ਨਾਲ ਜਿਹੜੇ ਦੋ ਅਨਨੋਨ ਬੰਦੇ ਹੋਰ ਸੀ, ਪਿੱਛੇ ਗੱਡੀ ਰੋਕ ਕੇ ਜਿਹੜੇ ਸੀ ਦੌੜ ਗਏ। ਪੁਲਿਸ ਪਾਰਟੀ ਨੇ ਜਿਹੜੀ ਉਸ ਕੈਂਟਰ ਦੀ ਸਰਚ ਕੀਤੀ ਤਾਂ ਉਸਦੇ ਵਿੱਚੋਂ 272 ਜਿਹੜੀਆਂ ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ। ਉਹਦੇ 'ਚ 3600 ਸਮਥਿੰਗ ਬੰਦਿਆਂ ਦਾ। ਇਹ ਜਿਹੜਾ ਕੈਂਟਰ ਹੈਗਾ ਇਹ ਫਿਰੋਜ਼ਪੁਰ ਯੂਨੀਅਨ ਦਾ ਹੈਗਾ ਗਾ। ਬਾਕੀ ਬੰਦਿਆਂ ਬਾਰੇ ਕੋਈ ਕਾਗਜ਼ ਵਗੈਰਾ ਕੈਂਟਰ ਦੇ ਵਿੱਚੋਂ ਨਹੀਂ ਮਿਲਿਆ। ਉਹਦੀ ਪੜਤਾਲ ਕੀਤੀ ਜਾ ਰਹੀ ਹੈ ਡੂੰਘਾਈ ਨਾਲ, ਜਿਸ ਦੇ ਹੋਏ ਉਹਦੇ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਜਿਹੜੀ ਹੈਗੀ ਅਮਲ 'ਚ ਲਿਆਉਣ ਕਾਰਵਾਈ। ਬਠਿੰਡਾ ਤੋਂ ਕੈਮਰਾਮੈਨ ਰਜੇਸ਼ ਕੁਮਾਰ ਦੇ ਨਾਲ ਜੁਗਨੂ ਸ਼ਰਮਾ ਦੀ ਰਿਪੋਰਟ, ਜਗਤ ਸੇਵਕ, ਵੈਬ TV।